ਜੀ ਐਫ ਆਈ ਆਰ ਦੇ ਵਿੱਚ ਜਾਂ ਪਰਚੇ ਦੇ ਵਿੱਚ ਜੋ ਇਬਾਰਤ ਹੈ ਜਾਂ ਜੋ ਸ਼ਬਦਾਵਲੀ ਹੈ, ਤਰਤੀਬ ਹੈ, ਉਸ ਦੀ ਕਿੰਨੀ ਕੁ ਮਹੱਤਤਾ ਹੁੰਦੀ ਹੈ? ਦੇਖੋ, ਜਿਹੜਾ ਐਫ ਆਈ ਆਰ ਹੈ ਉਹ ਸਾਰੇ ਫੌਜਦਾਰੀ ਮੁਕੱਦਮੇ ਦੀ ਅਸੀਂ ਉਹਨੂੰ ਜੜ ਕਹਿੰਦੇ ਹਾਂ। ਜੜ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਇਸ ਲਈ ਹੁੰਦੀ ਹੈ ਕਿਉਂਕਿ ਫਸਟ ਇਨਫੋਰਮੇਸ਼ਨ ਹੁੰਦੀ ਹੈ, ਉਹਦੇ ਵਿੱਚ ਪਹਿਲੀ ਜੋ ਸੂਚਨਾ ਦਿੱਤੀ ਹੈ ਕਿਸੇ ਵਿਅਕਤੀ ਨੇ ਵਾਰਦਾਤ ਹੋਣ ਦੇ ਬਾਅਦ ਉਹ ਦਰਜ ਹੁੰਦੀ ਹੈ। ਇਸ ਲਈ ਜਿਹੜੀਆਂ ਅਦਾਲਤਾਂ ਨੇ ਉਹ ਇਸ ਡਾਕੂਮੈਂਟ ਨੂੰ, ਇਸ ਦਸਤਾਵੇਜ਼ ਨੂੰ, ਪਰਚੇ ਨੂੰ ਬਹੁਤ ਮਹੱਤਤਾ ਦਿੰਦੀ। ਬਹੁਤ ਸਾਰੇ ਜਿਹੜੇ ਫੈਸਲੇ ਹੈ ਉਹ ਇਸ ਪਰਚੇ ਦੇ ਆਧਾਰ 'ਤੇ ਹੁੰਦੇ ਆ। ਜਿਵੇਂ ਜ਼ਮਾਨਤ ਹੈ, ਐਫ ਆਈ ਆਰ ਹੁੰਦੀ ਹੈ ਇਕੱਲੀ, ਉਸ ਦੇ ਆਧਾਰ ਦੇ ਉੱਤੇ ਜ਼ਮਾਨਤ ਲੱਗਦੀ ਹੈ ਦੋਸ਼ੀ ਦੀ। ਕਦੇ ਐਂਟੀਸਪੇਟਰੀ ਲਾਉਂਦਾ ਪੇਸ਼ਗੀ ਜ਼ਮਾਨਤ, ਜਾਂ ਜਦੋਂ ਪੁਲਿਸ ਫੜ ਲੈਂਦੀ ਹੈ ਫਿਰ ਜ਼ਮਾਨਤ ਲੱਗਦੀ ਹੈ। ਇਸ ਤਰ੍ਹਾਂ ਜੋ ਫੈਸਲੇ ਹੁੰਦੇ ਹੈ ਉਹ ਵੀ ਸਾਰੇ ਜਿਹੜੇ ਹੈ ਐਫ ਆਈ ਆਰ ਦੇ ਵਿੱਚ ਜੋ ਦਰਜ ਤੱਥ ਨੇ ਉਹਨਾਂ ਨੂੰ ਮੁੱਖ ਰੱਖ ਕੇ ਹੁੰਦੀ ਹੈ। ਇਸ ਲਈ ਐਫ ਆਈ ਆਰ ਦੇ ਵਿੱਚ ਜੋ ਸੂਚਨਾ ਦਰਜ ਕਰਾਈ ਜਾਣੀ ਹੈ ਉਹ ਬਹੁਤ ਮਹੱਤਵਪੂਰਨ ਹੈ। ਨਾ ਉਹਦੇ 'ਚ ਕੋਈ ਗਲਤ ਸੂਚਨਾ ਦਰਜ ਹੋਣੀ ਚਾਹੀਦੀ ਹੈ, ਨਾ ਉਹਦੇ ਵਿੱਚ ਕੋਈ ਘਟਘਾਟਵਾਦ ਹੋਣੀ ਚਾਹੀਦੀ ਹੈ। ਜੋ ਇੱਕ ਵਾਰ ਗਲਤੀ ਹੋਈ ਤਾਂ ਉਹ ਫਿਰ ਮੁੜ ਕੇ ਠੀਕ ਨਹੀਂ ਹੁੰਦੀ। ਇਸ ਲਈ ਇੱਕੋ ਹੀ ਧਿਆਨ ਦੇਣ ਯੋਗ ਗੱਲ ਹੈ ਵੀ ਮੁਕੱਦਮਿਆਂ ਜੋ ਦਰਜ ਕਰਾਉਣੇ ਆ ਤਾਂ ਜੋ ਘਟਨਾ ਉਹਦੇ ਜਿਹੜੇ ਸਾਰੇ ਤੱਥ ਨੇ ਉਹ ਆ ਜਾਣੇ ਚਾਹੀਦੇ ਨੇ। ਉਹ ਕਿਸ ਤਰਤੀਬ 'ਚ ਆਉਂਦੇ ਆ ਇਹਦਾ ਕੋਈ ਫਰਕ ਨਹੀਂ ਪੈਂਦਾ, ਉਹਦੀ ਸ਼ਬਦਾਵਲੀ ਕੀ ਹੈ। ਹੁਣ ਜ਼ਰੂਰੀ ਨਹੀਂ ਹੈ ਵੀ ਜੇ ਕਿਸੇ ਕੁੱਲੀਆਂ ਦੇ ਵਿੱਚ ਰਹਿਣ ਵਾਲਾ ਕੋਈ ਪਰੋਲੋਤਾਰੀ ਵਿਚਾਰਾ ਗਰੀਬ ਬੰਦਾ, ਉਹਦੇ ਘਰ ਕੋਈ ਵਾਰਦਾਤ ਹੋ ਜਾਂਦੀ ਹੈ, ਚੋਰੀ ਹੋ ਗਈ ਜਾਂ ਉਹਦਾ ਕੋਈ ਕਤਲ ਹੋ ਗਿਆ ਉੱਥੇ, ਜਾਂ ਉੱਥੇ ਕੋਈ ਡਕੈਤੀ ਕੁੱਟਮਾਰ ਕਰ ਗਏ, ਤਾਂ ਉਹ ਕਿਹੜੀ ਤਰਤੀਬ ਦੇਊਗਾ? ਉਹਦਾ ਇੰਨਾ ਹੀ ਕਹਿਣਾ ਹੀ ਬਹੁਤ ਹੈ ਵੀ ਮੇਰੀ ਜਿਹੜੀ ਪਤਨੀ ਹੈ ਉਹਦਾ ਕਤਲ ਹੋ ਗਿਆ। ਕੋਈ ਤਰਤੀਬ ਦੀ ਲੋੜ ਨਹੀਂ, ਕੋਈ ਸ਼ਬਦਾਵਲੀ ਕਾਨੂੰਨ ਅਨੁਸਾਰ ਘਟਣ ਦੀ ਲੋੜ ਨਹੀਂ। ਸਿਰਫ ਇੱਕੋ ਹੀ ਲੋੜ ਹੈ ਵੀ ਤੁਹਾਡੀ ਵਾਲੀ ਜੋ ਗੱਲ ਤੁਸੀਂ ਦੱਸ ਰਹੇ ਹੋ, ਜੋ ਲਿਖਾ ਰਹੇ ਹੋ, ਉਹਦੇ ਉੱਤੋਂ ਕੋਈ ਜੁਰਮ ਹੋਣਾ ਬਣਦਾ ਹੋਵੇ। ਇਹਦੀ ਸ਼ਬਦਾਵਲੀ ਤਰਤੀਬ ਦੀ ਕੋਈ ਮਹੱਤਤਾ ਨਹੀਂ, ਪਰ ਸੂਚਨਾ ਜਿਹੜੀ ਹੈਗੀ ਹੈ, ਇਬਾਰਤ ਜਿਹੜੀ ਹੈ, ਉਹਦੇ ਵਿੱਚ ਸਾਰਾ ਕੁਛ ਜਿੰਨਾ ਤੁਹਾਨੂੰ ਪਤਾ ਉਹ ਆਉਣਾ ਚਾਹੀਦਾ, ਓਨਾ ਹੀ ਆਉਣਾ ਚਾਹੀਦਾ। ਘਾਟਵਾਦ ਨਾਲ ਜਿਹੜਾ ਕੇਸ ਆ ਉਹ ਕਮਜ਼ੋਰ ਹੋ ਜਾਂਦਾ। ਜਦੋਂ ਅਸੀਂ ਪਰਚਾ ਦਰਜ ਕਰਵਾਉਂਦੇ ਹਾਂ, ਜੋ ਪਰਚੇ ਵਿੱਚ ਅਸੀਂ ਘਟਨਾ ਦਾ ਬਿਆਨ ਲਿਖਵਾਉਂਦੇ ਹਾਂ, ਉਹ ਵਿਸਥਾਰ ਨਾਲ ਹੋਣਾ ਚਾਹੀਦਾ ਕਿ ਜਾਂ ਨਾਪਤੋਲ ਦੀ ਜਿਹੜੀ ਭਾਸ਼ਾ ਹੈਗੀ ਹੈ, ਨਾਪਤੋਲ ਦੇ ਸ਼ਬਦਾਂ ਦੇ ਵਿੱਚ ਹੀ ਹੋਣਾ ਚਾਹੀਦਾ? ਕਾਨੂੰਨ ਹੈ ਜਿਹੜਾ ਉਹ ਸਿਰਫ ਇੱਕ ਗੱਲ ਦੀ ਮੰਗ ਕਰਦਾ ਵੀ ਜੋ ਅਸੀਂ ਸੂਚਨਾ ਦਿੱਤੀ ਹੈ ਪੁਲਿਸ ਨੂੰ ਬਿਆਨ ਰਾਹੀਂ ਹੋਵੇ ਚਾਹੇ ਲਿਖਤੀ ਅਰਜ਼ੀ ਪੱਤਰ ਰਾਹੀਂ ਹੋਵੇ, ਉਹਦੇ ਰਾਹੀਂ ਹੋਏ ਜੁਰਮ ਦੀ ਸੂਚਨਾ ਮਿਲਦੀ ਹੋਵੇ, ਕੋਈ ਸ਼ੱਕ ਨਾ ਰਹਿੰਦਾ ਹੋਵੇ ਵੀ ਜੁਰਮ ਨਹੀਂ ਹੋਇਆ ਜਾਂ ਹੋਇਆ ਕਿ ਨਹੀਂ ਹੋਇਆ, ਸ਼ੱਕ ਹੀ ਨਾ ਹੋਵੇ, ਪੂਰੀ ਤਰ੍ਹਾਂ ਨਾਲ ਇਹ ਸਿੱਧ ਹੁੰਦਾ ਹੋਵੇ ਵੀ ਜੁਰਮ ਹੋਇਆ। ਉਹਦੇ ਵਿੱਚ ਸ਼ਬਦਾਵਲੀ ਹੈ ਜਿਹੜੀ ਉਹ ਵਿਸਥਾਰ ਨਾਲ ਦਿੱਤੀ ਗਈ ਹੈ, ਘੱਟ ਦਿੱਤੀ ਗਈ ਹੈ, ਮਾਪੇ ਤੋਲੇ ਸ਼ਬਦਾਂ 'ਚ ਦਿੱਤੀ ਗਈ ਹੈ। ਇਨਸਾਈਕਲੋਪੀਡੀਅਕ ਇਹ ਸ਼ਬਦ ਸਾਡੇ ਆਮ ਆਉਂਦਾ ਵੀ ਇਨਸਾਈਕਲੋਪੀਡੀਆ ਨਹੀਂ ਹੈ ਐਫ ਆਈ ਆਰ, ਵੀ ਹਰ ਇੱਕ ਚੀਜ਼ ਦਾ ਵਿਸਥਾਰ ਨਾਲ ਦਿੱਤਾ ਜਾਵੇ, ਨਾ ਹੀ ਇਹ ਨਾਈਸਲੀ, ਨਾਈਟਲੀ, ਨੀਟਲੀ ਜਾਂ ਮੈਥੇਮੈਟੀਕਲੀ ਲਿਖਾਉਣੀ ਜ਼ਰੂਰੀ ਹੈ। ਇੰਗਲਿਸ਼ ਦੇ ਸ਼ਬਦ ਜੋ ਕਾਨੂੰਨ ਕਹਿੰਦਾ ਉਹ ਕਹਿੰਦੇ ਆ ਵੀ ਬਸ ਵਾਰਦਾਤ ਬਾਰੇ ਦੱਸੋ। ਹੁਣ ਆਪਾਂ ਇੱਕ ਉਦਾਹਰਣ ਲੈਂਦੇ ਹਾਂ ਵਿਸਥਾਰ ਦੀ। ਮੰਨ ਲਓ ਤੁਹਾਡੇ ਭਰਾ ਦੇ ਸੱਟਾਂ ਵੱਜੀਆਂ, ਪਰ ਤੁਸੀਂ ਇੰਨੀ ਕੁ ਗੱਲ ਲਿਖਾਉਂਦੇ ਹੋ ਵੀ ਮੇਰੇ ਭਰਾ ਨੂੰ ਉਹ ਜਿਹੜਾ ਦੋਸ਼ੀ ਹੈ, ਉਹਦਾ ਨਾਮ ਊੜਾ ਲਾ ਲਓ, ਆੜਾ ਲਾ ਲਓ, ਨੱਥੂ ਸਿੰਘ ਕਹਿ ਲਓ, ਉਸ ਨੇ ਸੱਟਾਂ ਮਾਰੀਆਂ। ਇੰਨੀ ਕੁ ਗੱਲ ਦੇ ਨਾਲ ਵੀ ਮੇਰੇ ਭਰਾ ਨੂੰ ਇੱਕ ਐਸ ਦੋਸ਼ੀ ਨੇ ਸੱਟਾਂ ਮਾਰਤੀਆਂ, ਇੰਨੀ ਜਿਹੜੀ ਸ਼ੋਰਟੈਸਟ ਲਾਈਨਾਂ ਨੇ, ਇਹਦੇ ਨਾਲ ਜੁਰਮ ਹੋਣਾ ਸਾਬਤ ਹੁੰਦਾ ਔਰ ਇੰਨੀਆਂ ਲਿਖਾਉਣੀਆਂ ਕਾਫੀ ਹੈ।
ਇਹ ਦੱਸਣਾ ਜ਼ਰੂਰੀ ਨਹੀਂ ਵੀ ਨੱਥੂ ਸਿੰਘ ਦੀ ਮੇਰੇ ਭਰਾ ਨਾਲ ਕੀ ਦੁਸ਼ਮਣੀ ਹੈ, ਕਿਹੜਾ ਉਹਨੇ ਹਥਿਆਰ ਵਰਤਿਆ, ਉਹ ਉੱਥੇ ਕਿੱਧਰੋਂ ਆਇਆ, ਕਿੱਧਰ ਗਿਆ, ਅਜਿਹੀਆਂ ਗੱਲਾਂ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ। ਇੰਨਾ ਕੀ ਬਹੁਤ ਹੈ ਵੀ ਸੱਟਾਂ ਜਿਹੜੀਆਂ ਹੈਗੀਆਂ ਉਹ ਮਾਰਤੀਆਂ। ਇੱਕ ਆਪਾਂ ਹੋਰ ਉਦਾਹਰਣ ਲੈ ਕੇ ਇਹ ਗੱਲ ਸਮਝ ਸਕਦੇ ਹਾਂ। ਹੁਣ ਤੁਹਾਡੇ ਘਰ ਚੋਰੀ ਹੋ ਗਈ ਹੈ ਕਿਸੇ ਦੇ, ਤਾਂ ਉਹ ਸਮਾਨ ਜਿਹੜਾ ਹੈਗਾ ਚੋਰੀ ਹੋ ਗਿਆ, ਇੰਨਾ ਹੀ ਬਹੁਤ ਹੈ ਵੀ ਰਾਤ ਨੂੰ ਅਸੀਂ ਬਾਹਰ ਗਏ ਹੋਏ ਸੀ, ਸਾਡੇ ਘਰੋਂ 20 ਜਿਹੜੇ ਸੋਨੇ ਹੈ ਗਹਿਣੇ ਹੈ ਉਹ ਅਤੇ ਕੈਸ਼ ਹੈ ਜਿਹੜਾ ਉਹ ਚੋਰੀ ਹੋ ਗਿਆ, ਇੰਨੇ ਨਾਲ ਹੀ ਜੁਰਮ ਬਣਦਾ ਘਰ ਨੂੰ ਪਾੜ ਲਾ ਕੇ ਗਹਿਣਿਆਂ ਦਾ ਚੋਰੀ ਹੋਣਾ, ਇਹ ਗੱਲ ਬਹੁਤ ਹੈ, ਇਹਨਾਂ ਨੇ ਹੋ ਸਕਦਾ। ਇਹ ਦੱਸਣਾ ਜ਼ਰੂਰੀ ਨਹੀਂ ਹੈ ਸਾਨੂੰ ਵੀ ਉਹ ਗਹਿਣੇ ਕਿਹੜੀ ਕਿਹੜੀ ਔਰਤ ਦੇ ਸੀ, ਕਿੰਨੇ ਕਿੰਨੇ ਗਹਿਣੇ ਸੀ, ਕਿੰਨੇ ਕਿੰਨੇ ਗ੍ਰਾਮ ਦੇ ਸੀ, ਜਿਹੜਾ ਕੈਸ਼ ਹੈ ਉਹ ਕਿੰਨੇ ਲੱਖ ਸੀਗਾ, ਕਿੱਥੋਂ ਆਇਆ ਸੀ, ਕਿੱਥੇ ਜਾਣਾ ਸੀ, ਅਜਿਹੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਸਿਰਫ ਇੰਨੀ ਹੀ ਜ਼ਰੂਰਤ ਹੈ ਵੀ ਮੁਕੱਦਮੇ ਦੇ ਵਿੱਚ ਜਿਹੜਾ ਪਰਚਾ ਦਰਜ ਕਰਾਉਣ ਲਈ ਅਸੀਂ ਸੂਚਨਾ ਦੇ ਰਹੇ ਹਾਂ ਉਹਦੇ ਤੋਂ ਜੁਰਮ ਬਣਦਾ ਹੋਵੇ। ਵੀ ਜੀ ਇੱਕ ਪਰਚਾ ਹੁੰਦਾ ਹੈ ਜਿਹਨੂੰ ਐਫ ਆਈ ਆਰ ਕਿਹਾ ਜਾਂਦਾ ਹੈ, ਔਰ ਇੱਕ ਰਿਪੋਰਟ ਹੁੰਦੀ ਹੈ ਜਿਸ ਨੂੰ ਡੀ ਡੀ ਆਰ ਕਿਹਾ ਜਾਂਦਾ ਹੈ।